ਜਾਨਲੇਵਾ ਚਾਈਨਾ ਡੋਰ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਹੁਣ ਸਖਤ ਨਜ਼ਰ ਆ ਰਹੀ ਹੈ ਅਤੇ ਡਰੋਨ ਦੇ ਰਾਹੀਂ ਚਾਈਨਾ ਡੋਰ ਤੇ ਨਜ਼ਰ ਰੱਖੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਪੰਜਾਬ ਪੁਲਿਸ ਦੇ ਅਧਿਕਾਰੀ, ਪੰਜਾਬ ਪੁਲਿਸ ਦੇ ਮੁਲਾਜ਼ਮ ਛੱਤਾਂ ਤੇ ਆਪ ਚੜ ਰਹੇ ਨੇ ਅਤੇ ਇਹ ਚੈੱਕ ਕਰ ਰਹੇ ਨੇ ਕਿ ਕਿਤੇ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਤਾਂ ਨਹੀਂ ਉਡਾ ਰਿਹਾ। ਇਸ ਦੇ ਨਾਲ ਹੀ ਆਸਮਾਨ ਦੇ ਵਿੱਚੋਂ ਡਰੋਨ ਦੇ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ ਕਿ ਚਾਈਨਾ ਡੋਰ ਦੀ ਵਰਤੋਂ ਜੇਕਰ ਕੋਈ ਕਰੇਗਾ ਤਾਂ ਸਖਤ ਕਾਰਵਾਈ ਹੋਵੇਗੀ। ਦੱਸ ਦਈਏ ਕਿ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ, ਉੱਚ ਅਧਿਕਾਰੀ ਜਿਹੜੇ ਨੇ, ਉਹ ਖੁਦ ਛੱਤਾਂ 'ਤੇ ਚੜ੍ਹ ਕੇ ਨਜ਼ਰ ਰੱਖ ਰਹੇ ਨੇ ਚਾਈਨਾ ਡੋਰ 'ਤੇ। ਤਾਂ ਦੱਸ ਦਈਏ ਕਿ ਚਾਈਨਾ ਡੋਰ ਜਾਨਲੇਵਾ ਏ ਅਤੇ ਬਹੁਤ ਸਾਰੇ ਲੋਕ ਇਸ ਦੇ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਨੇ, ਈਵਨ ਕਿ ਕਈ ਮੌਤਾਂ ਹੋ ਚੁੱਕੀਆਂ ਨੇ। ਪਰਿੰਦਿਆਂ ਲਈ ਵੀ ਇਹ ਜਾਨਲੇਵਾ ਏ, ਪਰ ਇਸ ਦੇ ਬਾਵਜੂਦ ਕੁਝ ਲੋਕ ਲਾਲਚ ਵੱਸ, ਕੁਝ ਦੁਕਾਨਦਾਰ ਹਾਲੇ ਵੀ ਚਾਈਨਾ ਡੋਰ ਵੇਚਦੇ ਨੇ ਅਤੇ ਨਾਲ ਹੀ ਕੁਝ ਪਤੰਗ ਉਡਾਉਣ ਦੇ ਸ਼ੌਕੀਨ ਵੀ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ। ਪਰ ਪੰਜਾਬ ਪੁਲਿਸ ਦੇ ਵੱਲੋਂ ਹੁਣ ਡਰੋਨ ਦੇ ਰਾਹੀਂ ਚਾਈਨਾ ਡੋਰ 'ਤੇ ਨਜ਼ਰ ਰੱਖੀ ਜਾ ਰਹੀ ਹੈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਪੰਜਾਬ ਪੁਲਿਸ ਛੱਤਾਂ 'ਤੇ ਚੜ੍ਹ ਕੇ ਚਾਈਨਾ ਡੋਰ ਚੈੱਕ ਕਰ ਰਹੀ ਹੈ ਅਤੇ ਡਰੋਨ ਦੇ ਰਾਹੀਂ ਵੀ ਨਜ਼ਰ ਰੱਖ ਰਹੀ ਹੈ। ਜੇਕਰ ਕਿਸੇ ਨੇ ਚਾਈਨਾ ਡੋਰ ਵਰਤੀ ਤਾਂ ਕਾਰਵਾਈ ਸਖਤ ਹੋਵੇਗੀ। ਇੱਕ ਸਪੈਸ਼ਲ ਚਾਈਨਾ ਡੋਰ ਰੋਕਣ ਲਈ ਆਪਰੇਸ਼ਨ ਚਲਾਇਆ ਹੈ, ਜਿਹਦੇ ਤਹਿਤ ਮੈਂ ਔਰ ਥਾਣਾ ਸਿਟੀ ਦੀ ਪੁਲਿਸ ਔਰ PCR ਨੂੰ ਨਾਲ ਲੈ ਕੇ ਅਸੀਂ ਡਰੋਨ ਦੇ ਨਾਲ ਛੱਤਾਂ ਨੂੰ ਚੈੱਕ ਕਰ ਰਹੇ ਹਾਂ ਅਤੇ ਛੱਤਾਂ ਨੂੰ ਚੈੱਕ ਕਰਕੇ ਅਸੀਂ ਇਹ ਦੇਖ ਰਹੇ ਹਾਂ ਵੀ ਕਿਹੜੇ ਨੋਰਮਲ ਡੋਰ ਵਰਤ ਰਹੇ ਨੇ ਅਤੇ ਕਿਹੜੇ ਦੂਜੇ ਚਾਈਨਾ ਡੋਰ ਵਰਤ ਰਹੇ ਨੇ, ਕਿਉਂਕਿ ਸਰਕਾਰ ਵੱਲੋਂ ਸਾਰਿਆਂ ਵੱਲੋਂ ਬੜੀ ਸਖਤੀ ਹੈ ਅਤੇ ਸਾਡੇ SSP ਸਾਹਿਬ ਨੇ ਜਿਹੜਾ ਇਸ ਵੱਲ ਸਪੈਸ਼ਲ ਜਿਹੜਾ ਹੈਗਾ ਆਪਰੇਸ਼ਨ ਚਲਾਏ ਨੇ, ਧਿਆਨ ਦਿੱਤਾ। ਇਸ ਕਰਕੇ ਅਸੀਂ ਉਹਨਾਂ ਦੀ ਅਗਵਾਈ ਹੇਠ ਜਿਹੜਾ ਅੱਜ ਇੱਕ ਪਹਿਲਾਂ ਹੀ ਜਿਹੜਾ ਅਸੀਂ ਇੱਕ ਸਟੈਪ ਪੁੱਟਿਆ ਉਹਦੇ 'ਚ ਅਸੀਂ ਇੱਕ ਛੋਟਾ ਗੱਟੂ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ। ਉਹ ਦੇਖਿਆ ਹੋਣਾ ਤੁਸੀਂ, ਇਹ ਲੜਕੇ ਦੇ ਆਪਣੇ ਵੀ ਜਿਹੜੇ ਹੱਥ ਦੇ ਵਿੱਚੋਂ ਦੀ ਬਲੱਡ ਵਗ ਰਿਹਾ ਆ ਅਤੇ ਇਹਨੂੰ ਅਸੀਂ ਹੁਣ ਜੋ ਵੀ ਅਗਲੀ ਪ੍ਰੋਸੀਡਿੰਗ ਹੈਗੀ ਕਾਨੂੰਨ ਤੱਕ ਉਹ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਹੋਰ ਵੀ ਡੋਰ ਟੂ ਡੋਰ ਜਾਵਾਂਗੇ ਅੱਜ ਅਤੇ ਗਲੀਆਂ 'ਚ ਵੀ ਜਾਵਾਂਗੇ ਤਾਂ ਜੋ ਇਹ ਬਿਲਕੁਲ ਚਾਈਨਾ ਡੋਰ ਦਾ ਜਿਹੜਾ ਹੈਗਾ ਇਹਨੂੰ ਖਤਮ ਕੀਤਾ ਜਾ ਸਕੇ। ਅੱਜ ਤਾਂ ਅਸੀਂ ਜੀ ਪਹਿਲਾਂ ਇੱਥੋਂ ਬਹਿਰਾਮਪੁਰ ਤੋਂ ਸਟਾਰਟਿੰਗ ਕੀਤੀ ਹੈ ਜੀ, ਔਰ ਪਹਿਲੇ ਹੀ ਜਿਹੜਾ ਅਸੀਂ ਡਰੋਨ ਰਾਹੀਂ ਜਿਹਨੂੰ ਚੈੱਕ ਕੀਤਾ ਤਾਂ ਪਹਿਲੇ ਥਾਂ ਹੀ ਸਾਨੂੰ ਚਾਈਨਾ ਡੋਰ ਮਿਲ ਗਈ ਹੈ ਅਤੇ ਬੜੀ ਸਫਲਤਾਪੂਰਵਕ ਜਿਹੜਾ ਇਹ ਸਾਰਾ ਸਾਡੇ SSP ਸਾਹਿਬ ਨੂੰ ਸਿਹਰਾ ਇਸ ਗੱਲ ਦਾ, ਉਹਨਾਂ ਦੇ ਹੀ ਕਿਉਂਕਿ ਉਹਨਾਂ ਨੇ ਹੀ ਸਾਰਾ ਕੰਸਿਡਰ ਕਰਕੇ ਪਲੈਨ ਸ਼ੁਰੂ ਕੀਤਾ ਸੀ ਅਤੇ ਅਸੀਂ ਉਹਦੇ 'ਚ ਪਹਿਲੇ ਸਟੇ ਹੀ ਕਾਮਯਾਬ ਹੋ ਗਏ ਹਾਂ। ਮੈਂ ਦੁਕਾਨਦਾਰਾਂ ਨੂੰ ਅਤੇ ਜਿਹੜੇ ਬੱਚੇ ਜਾਂ ਸਿਆਣੇ ਗੁੱਡੀਆਂ ਚੜ੍ਹਾ ਰਹੇ ਨੇ, ਪਤੰਗਾਂ ਚੜ੍ਹਾ ਰਹੇ, ਉਹਨਾਂ ਨੂੰ ਮੇਰੀ ਇਹ ਸਖਤ ਵਾਰਨਿੰਗ ਆ ਵੀ ਕਿਉਂਕਿ ਇਹਦੇ ਵੱਲੋਂ ਬਹੁਤ ਜ਼ਿਆਦਾ ਸਖਤੀ ਹੈ, ਅਸੀਂ ਗੁਰਦਾਸਪੁਰ 'ਚ ਜਿਹੜਾ ਇਹਦੀ ਬਿਲਕੁਲ ਵਰਤੋਂ ਜਿਹੜੀ ਹੈ ਜ਼ੀਰੋ ਲੈਵਲ 'ਤੇ ਕਰਨੀ ਹੈ। ਇਸ ਕਰਕੇ ਉਹ ਜਿਹੜਾ ਇਹਨੂੰ ਵਰਤਣਾ ਬੰਦ ਕਰ ਦੇਣ, ਨੋਰਮਲ ਡੋਰ ਨਾਲ ਜਿਹੜਾ ਆਪਣਾ ਗੁੱਡੀਆਂ ਚੜ੍ਹਾਉਣ ਔਰ ਆਪਣਾ ਫੈਸਟੀਵਲ ਜਿਹੜਾ ਬੜੇ ਸ਼ਾਂਤੀਪੂਰਵਕ ਨਾਲ ਮਨਾਉਣ। ਥੈਂਕ ਯੂ ਜੀ।